dear students welcome back to my channel our today's topic is teaching concepts in diverse classroom ਵਪਿੰਨ ਜਮਾਤਾਂ ਵਿੱਚ ਅਧਿਆਪਨ ਸੰਕਲਪ ਡਾਈਵਰਸ ਕਲਾਸਰੂਮ ਕਿਹੜੇ ਹੁੰਦੇ ਆ ਸਭ ਤੋਂ ਪਹਿਲਾਂ ਅਸੀਂ ਇਹਦੇ ਬਾਰੇ ਗੱਲ ਕਰਾਂਗੇ ਇਹ ਇਸ ਤਰ੍ਹਾਂ ਦੀਆਂ ਜਮਾਤਾਂ ਹੁੰਦੀਆਂ ਨੇ ਕਲਾਸੇਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਜਾਤਾਂ ਨਸਲਾਂ ਵਰਗਾਂ ਬੱਚਿਆਂ ਦਾ ਜਿਹੜਾ ਆਰਥਿਕ ਲੈਵਲ ਅਲੱਗ-ਅਲੱਗ ਹੁੰਦਾ ਇੰਟਰਸਟ ਅਲੱਗ-ਅਲੱਗ ਹੁੰਦੇ ਨੇ ਭਾਸ਼ਾ ਡਿਸੇਬਿਲਿਟੀਆਂ ਹੁੰਦੀਆਂ ਨੇ ਬੱਚਿਆਂ ਦੇ ਵਿੱਚ ਉਹਨਾਂ ਦੀ ਮੈਂਟਲ ਕੈਪੈਸਿਟੀ ਹੁੰਦੀ ਹੈ अलग-अलग करैक्टरिस्टिक्स ਹੁੰਦੀਆਂ ਨੇ ਜਦੋਂ ਇਹ ਸਾਰੇ ਤਰ੍ਹਾਂ ਵਾਲੇ ਜਿਹੜੇ ਵਿਦਿਆਰਥੀ ਇਕੱਠੇ ਇੱਕੋ ਕਲਾਸ ਦੇ ਵਿੱਚ ਬੈਠ ਕੇ ਐਜੂਕੇਸ਼ਨ ਪ੍ਰਾਪਤ ਕਰਦੇ ਨੇ ਤਾਂ ਅਸੀਂ ਉਹਨੂੰ ਕਹਿੰਦੇ ਆ ਡਾਈਵਰਸ ਕਲਾਸਰੂਮ ਮੀਨਸ ਵੱਖ-ਵੱਖ ਤਰ੍ਹਾਂ ਦੀਆਂ ਪਿੰਨਤਾਵਾਂ ਵਾਲੇ ਬੱਚੇ ਜਦੋਂ ਇੱਕ ਕਲਾਸਰੂਮ ਦੇ ਵਿੱਚ ਬੈਠ ਕੇ ਪੜ੍ਹਦੇ ਨੇ ਤਾਂ ਅਸੀਂ ਉਹਨੂੰ ਡਾਈਵਰਸ ਕਲਾਸਰੂਮ ਕਹਿੰਦੇ ਆ ਜੇਕਰ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਵੀ ਡਾਈਵਰਸਿਟੀ ਹੈ ਪਿੰਨਤਾਵਾਂ ਭਰਿਆ ਦੇਸ਼ ਹੈ ਸਾਡਾ ਜਿਹਦੇ ਵਿੱਚ ਵੱਖ-ਵੱਖ ਜਾਤਾਂ ਧਰਮਾਂ ਤੇ ਨਸਲਾਂ ਅਲੱਗ-ਅਲੱਗ ਇਕਨੋਮਿਕ ਲੈਵਲ ਵਾਲੇ ਤੇ ਅਲੱਗ-ਅਲੱਗ ਭਾਸ਼ਾਵਾਂ ਨੂੰ ਬੋਲਣ ਵਾਲੇ ਜਿਹੜੇ ਲੋਕ ਨੇ ਉਹ ਮਿਲ ਕੇ ਰਹਿੰਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਇੰਡੀਅਨ ਕਨਸਟੀਟਿਊਸ਼ਨ ਆ ਉਹਦੇ ਵਿੱਚ ਵੀ ਹਰੇਕ ਨਾਗਰਿਕ ਨੂੰ ਜਿਹੜੇ ਸਮਾਨ ਅਧਿਕਾਰ ਨੇ ਉਹ ਵੀ ਦਿੱਤੇ ਗਏ ਨੇ ਚਾਹੇ ਉਹ ਵਿਅਕਤੀ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਕਿਸੇ ਵੀ ਜਾਤੀ ਦਾ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਵੇ ਹੁਣ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਆ ਉਹ ਸਾਰੇ ਸਕੂਲਾਂ ਦੇ ਵਿੱਚ ਹੈ ਤੇ ਸਾਰੇ ਸਕੂਲਾਂ ਦੇ ਜਿਹੜੇ ਬੱਚੇ ਪੜ੍ਹਦੇ ਨੇ ਵੱਖ-ਵੱਖ ਵਰਗਾਂ ਦੇ ਨੇ ਧਰਮਾਂ ਦੇ ਨੇ ਜਾਤਾਂ ਦੇ ਨੇ ਸਮਾਜਿਕ ਪਿਛੋਕੜ ਉਹਨਾਂ ਦਾ ਅਲੱਗ-ਅਲੱਗ ਹੈ ਸੱਭਿਆਚਾਰ ਅਲੱਗ-ਅਲੱਗ ਹੈ ਤੇ ਇਹ ਸਾਰੀਆਂ ਜਿਹੜੀਆਂ ਵਿਭਿੰਤਾਵਾਂ ਨੇ ਉਹਨੂੰ ਅਸੀਂ ਡਾਈਵਰਸ ਕਲਾਸਰੂਮ ਦਾ ਨਾਮ ਦਿੰਦੇ ਆ ਹੁਣ ਜੋ ਅਸੀਂ ਇੰਡੀਆ ਦੀ ਗੱਲ ਕਰਦੇ ਆ ਭਾਵੇਂ ਅਸੀਂ ਕਿਸੇ ਹੋਰ ਕੰਟਰੀ ਦੀ ਗੱਲ ਕਰੀਏ ਬਟ ਸਾਡਾ ਜਿਹੜਾ ਇੰਡੀਆ ਹੈ ਉਹਦੇ ਵਿੱਚ ਜ਼ਿਆਦਾ ਡਾਈਵਰਸਿਟੀ ਪਾਈ ਜਾਂਦੀ ਹੈ ਬਾਕੀ ਕੰਟਰੀਜ਼ ਦੇ ਕੰਪੈਰੀਟਿਵ ਹੁਣ ਜਿਹੜੀਆਂ ਇਹ ਵਿਭਿੰਤਾਵਾਂ ਨੇ ਉਨਾ ਦਾ ਪ੍ਰਭਾਵ এডਿਕੇਸ਼ਨ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਵੀ ਹੈ ਕਿਹੜੇ ਕਿਹੜੇ ਪਿੰਤਾਵਾ ਨੇ ਫਸਟ ਹੈ ਲਿੰਗੁਇਸਟਿਕ ਲਿੰਗੁਇਸਟਿਕ ਮੀਨਸ ਭਾਸ਼ਾਈ ਹੁਣ ਭਾਸ਼ਾ ਅਲੱਗ-ਅਲੱਗ ਹੈ ਜਿੰਨੀਆਂ ਸਟੇਟਸ ਉਹਨੀਆਂ ਹੀ ਭਾਸ਼ਾਵਾਂ ਉਸ ਤੋਂ ਬਿਨਾਂ ਕੁਛ ਉਪ ਬੋਲੀਆਂ ਵੀ ਨੇ ਜਿਹੜੀਆਂ ਕਿ ਹਰੇਕ ਸਟੇਟ ਦੇ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਵੱਖੋ-ਵੱਖਰੀਆਂ ਬੋਲੀਆਂ ਜਾਂਦੀਆਂ ਨੇ ਇਸ ਕਰਕੇ ਜਿਹੜੀ ਇਹ ਲੈਂਗੁਏਜ ਦੀ ਡਾਈਵਰਸਿਟੀ ਹੈ ਕਲਾਸਰੂਮ ਦੇ ਵਿੱਚ ਉਹਦੇ ਨਾਲ ਵੀ ਜਿਹੜੀ এডਿਕੇਸ਼ਨ ਹੈ ਉਹਦੇ ਉੱਪਰ ਜਿਹੜਾ ਇਫੈਕਟ ਹੈ ਉਹ ਪੈਂਦਾ ਏ ਕਿਉਂਕਿ ਜਿਹੜੀ ਬਾਈ ਭਾਸ਼ਾਵਾਂ ਨੇ ਉਹਨੂੰ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਮਾਨਤਾ ਮਿਲੀ ਹੋਈ ਹੈ ਹੁਣ ਇੱਕੋ ਜਮਾਤ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਨੂੰ ਸਮਝਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਕ ਅਧਿਆਪਕ ਦੁਆਰਾ ਇਕੱਠੇ এডਿਕੇਸ਼ਨ ਦੇਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ ਇਸ ਕਰਕੇ ਸਭ ਤੋਂ ਜਿਹੜੀ ਮੇਨ ਪ੍ਰੋਬਲਮ ਹੈ ਉਹ ਹੈ ਲਿੰਗੁਇਸਟਿਕ ਪ੍ਰੋਬਲਮ ਸੈਕੰਡ ਹੈ ਰਿਲੀਜੀਅਸ ਹੁਣ ਇੰਡੀਆ ਦੇ ਵਿੱਚ ਰਿਲੀਜੀਅਸ ਡਾਇਵਰਸਿਟੀ ਵੀ ਹੈ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਜਿਵੇਂ ਹਿੰਦੂ ਸਿੱਖ ਮੁਸਲਿਮ ਈਸਾਈ ਬੋਧੀ ਹੁਣ ਇਹ ਵੱਖ-ਵੱਖ ਧਰਮਾਂ ਦੇ ਲੋਕ ਹੋਣ ਦੇ ਕਾਰਨ ਇਹਨਾਂ ਦੀ ਜਿਹੜੀ ਸੋਚ ਆਪਣੇ ਧਰਮ ਦੇ ਪ੍ਰਤੀ ਉਹ ਪੋਜ਼ਿਟਿਵ ਹੁੰਦੀ ਹੈ ਉਸੇ ਤਰੀਕੇ ਨਾਲ ਹਰੇਕ ਵਿਅਕਤੀ ਹਰੇਕ ਵਿਦਿਆਰਥੀ ਦੀ ਸੋਚ ਵੀ ਆਪਣੇ ਧਰਮ ਦੇ ਪ੍ਰਤੀ ਉਦਾਂ ਹੀ ਹੁੰਦੀ ਹੈ ਮਿੰਨੇ ਜਿਸ ਤਰ੍ਹਾਂ ਦੀ ਫੈਮਿਲੀ ਦੇ ਵਿੱਚ ਬੱਚਾ ਪੈਦਾ ਹੋਇਆ ਹੁਣ ਇਹਦੇ ਨਾਲ ਜੇ ਅਧਿਆਪਕ ਦੋਹਰਾ ਕਿਸੇ ਵੀ ਇੱਕ ਧਰਮ ਦੇ ਪੱਖ ਦੇ ਵਿੱਚ ਐਜੂਕੇਸ਼ਨ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜਿਹੜਾ ਕਲਾਸਰੂਮ ਦੇ ਵਿੱਚ ਬੱਚੇ ਨੂੰ ਜਿਹੜਾ ਕਿਸੇ ਹੋਰ ਧਰਮ ਨਾਲ ਸੰਬੰਧਿਤ ਹੈ ਉਹਨੂੰ ਲੱਗੇਗਾ ਕਿ ਮੇਰੇ ਧਰਮ ਬਾਰੇ ਕੋਈ ਗੱਲ ਹੈ ਜਿਹੜੀ ਨਹੀਂ ਕੀਤੀ ਜਾ ਰਹੀ ਇਸ ਕਰਕੇ ਜਿਹੜੀ ਇਹ ਰਿਲੀਜੀਅਸ ਡਾਈਵਰਸਿਟੀ ਹੈ ਇਹਨੂੰ ਦੂਰ ਕਰਨ ਦੇ ਲਈ ਕੀ ਕਰਨਾ ਚਾਹੀਦਾ ਹੈ ਕਿ ਜਦੋਂ ਅਸੀਂ ਐਜੂਕੇਸ਼ਨ ਦੇਣੀ ਹੈ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਜੋ ਕਰਿਕੂਲਮ ਹੈ ਉਹ ਸੈਕੂਲਰ ਹੋਣਾ ਚਾਹੀਦਾ ਹੈ ਮੀਨ ਧਰਮ ਨਿਰਪੱਖ ਹੋਣਾ ਚਾਹੀਦਾ ਹੈ ਨੈਕਸਟ ਹੈ ਜੀਓਗ੍ਰਾਫੀ ਹੁਣ ਅਲੱਗ-ਅਲੱਗ ਥਾਵਾਂ ਨਾਲ ਸੰਬੰਧਿਤ ਨੇ ਕੋਈ ਪਹਾੜੀ ਏਰੀਆ ਨਾਲ ਸੰਬੰਧਿਤ ਕੋਈ ਪਲੇਨ ਏਰੀਆਜ਼ ਤੇ ਕੋਈ ਰੇਤਲੇ ਮਿੰਜ ਜਿੱਥੇ ਰੇਤ ਵਗੈਰਾ ਜ਼ਿਆਦਾ ਜਿਵੇਂ ਕਿ ਰਾਜਸਥਾਨ ਵਗੈਰਾ ਤਾਂ ਜੇ ਜੀਓਗ੍ਰਾਫੀ ਅਲੱਗ ਹੈ ਉਹਦੇ ਨਾਲ ਉਥੋਂ ਦੀ ਜਿਹੜੀ ਜੀਓਗ੍ਰਾਫੀ ਉਥਨੀ ਭੂਗੋਲਿਕ ਨੌਲੇਜ ਬੱਚੇ ਨੂੰ ਜ਼ਿਆਦਾ ਹੋਏਗੀ ਤੇ ਦੂਸਰੀ ਸਟੇਟ ਦੇ ਚਾਹ ਕਰ ਬੱਚਾ ਜਾ ਕੇ ਪੜ ਰਿਹਾ ਹੈ ਤਾਂ ਉਹਨੂੰ ਉਥੋਂ ਦੀ ਜੀਓਗ੍ਰਾਫੀ ਬਾਰੇ ਨੌਲੇਜ ਘੱਟ ਹੋਏਗੀ ਜਿਵੇਂ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਤਾਂ ਸਾਨੂੰ ਪੰਜਾਬ ਦੇ ਬਾਰੇ ਸਭ ਤੋਂ ਜ਼ਿਆਦਾ ਨੌਲੇਜ ਹੈ ਕਿਹੜੀਆਂ ਫਸਲਾਂ ਕਦੋਂ ਹੁੰਦੀਆਂ ਨੇ ਕਿਸ ਤਰ੍ਹਾਂ ਦਾ ਮੌਸਮ ਰਹਿੰਦਾ ਕਿਸ ਤਰ੍ਹਾਂ ਦਾ ਸਾਡਾ ਸੱਭਿਆਚਾਰ ਹੈ ਕਿਵੇਂ ਦਾ ਸਾਡਾ ਜਿਹੜਾ ਏਰੀਆ ਹੋਰ ਚੀਜ਼ਾਂ ਤਾਂ ਜਿਹੜੇ ਹੋਰ ਸਟੇਟ ਵਾਲੇ ਬੱਚੇ ਜੇਕਰ ਇੱਥੇ ਆ ਕੇ ਪੜ੍ਹਨਗੇ ਤਾਂ ਉਹਨਾਂ ਨੂੰ ਇੱਥੋਂ ਜਿਹੜੀ ਜੀਓਗ੍ਰਾਫੀ ਹੈ ਉਹਦੇ ਅਕੋਰਡਿੰਗ ਜਿਹੜਾ ਸਮਝਣਾ ਉਹ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਨੈਕਸਟ ਹੈ ਰੈਸ਼ੀਅਲ ਮੀਨਜ਼ ਰੈਸ਼ੀਅਲ ਹੁੰਦਾ ਹੈ ਕੋਈ ਖਾਸ ਨਸਲ ਹੁਣ ਵਖੁਖ ਇੱਕ ਹੁੰਦਾ ਕਾਸਟ ਇੱਕ ਹੁੰਦਾ ਨਸਲ ਇਹਦੇ ਵਿੱਚ ਫਰਕ ਹੈ ਹੁਣ ਜਿਹੜੀ ਨਸਲ ਹੁੰਦੀ ਹੈ ਜਿਵੇਂ ਕਿ ਅਸੀਂ ਕਹਿੰਦੇ ਵੀ ਉਹ ਲੋਕ ਗੋਰੇ ਐ ਉਹ ਕਾਲੇ ਐ ਇਹ ਕੀ ਹੈ ਇੱਕ ਨਸਲ ਹੋਗੀ ਹੁਣ ਜੇਕਰ ਅਸੀਂ ਦੇਖਦੇ ਆ ਵੀ ਕੋਈ ਬੱਚਾ ਰੰਗ ਕਿਸ ਦਾ ਜ਼ਿਆਦਾ ਕਾਲਾ ਐ ਤਾਂ ਉਥੇ ਬਾਕੀ ਬੱਚੇ ਨਹੀਂ ਕਾਲੇ ਤਾਂ ਉਹ ਬੱਚੇ ਨੂੰ ਵੀ ਪ੍ਰੋਬਲਮ ਫੇਸ ਹੋਏਗੀ ਉਹ ਬੱਚਾ ਪ੍ਰੋਬਲਮ ਫੇਸ ਕਰੇਗਾ ਉਥੇ ਕਿਉਂਕਿ ਹੋਸਾਰਾ ਜਿਹੜੇ ਬੱਚੇ ਛੋਟੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੁੰਦੀ ਉਹ ਬੱਚੇ ਉਹਨੂੰ ਕਿਸੇ ਕਾਰਨ ਕਰਕੇ ਚੜਾਉਣ ਲੱਗ ਜਾਣ ਤੇ ਉਹ ਬੱਚਾ এডਿਕੇਸ਼ਨ ਦੇ ਵਿੱਚ ਇੰਟਰਸਟ ਨਾ ਲੈ ਸਕੇ ਤੇ ਅਧਿਆਪਕ ਵੀ ਹੋ ਸਾਰਾ ਸਹੀ ਤਰੀਕੇ ਨਾਲ ਨਾ ਪੜਾ ਸਕੇ ਕਿਉਂਕਿ ਕਲਾਸ ਦੇ ਵਿੱਚ ਜਿਹੜਾ এনवायरमेंट ਹੈ ਉਹ ਫਿਰ ਖਰਾਬ ਹੁੰਦਾ ਹੈ ਕਿਉਂਕਿ ਜਦੋਂ ਬੱਚਾ ਕੰਪਲੇਨਟ ਕਰਦਾ ਵੀ ਸਰ ਜਾਂ ਮੈਮ ਮੈਨੂੰ ਇਸ ਤਰੀਕੇ ਨਾਲ ਬੱਚੇ ਬੋਲ ਰਹੇ ਨੇ ਤਾਂ ਟੀਚਰ ਕੋਲ ਵੀ ਕਈ ਵਾਰ ਉਸ ਤਰ੍ਹਾਂ ਦੀ ਪ੍ਰੋਬਲਮ ਦਾ ਕੋਈ ਸੋਲੂਸ਼ਨ ਨਹੀਂ ਹੁੰਦਾ ਨੈਕਸਟ ਹੈ ਕਾਸਟ ਹੁਣ ਕਾਸਟ ਸਿਸਟਮ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਪੁਰਾਣੇ ਸਮੇਂ ਤੋਂ ਮਿੰਜ ਜਿਆਦਾ ਤੁਸੀਂ ਕਹੋ ਵੀ ਅਸੀਂ ਕਦਾਬਾਂ ਦੇ ਵਿੱਚ ਪੜਨਾ ਸ਼ੁਰੂ ਕੀਤਾ ਹੈ ਕਿ ਬਹੁਤ ਹੀ ਪੁਰਾਣਾ ਉਹਦੇ ਟਾਈਮ ਲੋਕ ਚਾਰ ਵਰਗਾਂ ਵਿੱਚ ਵੰਡੇ ਹੋਏ ਸੀ ਤੇ ਸ਼ੁਰੂ ਤੋਂ ਹੀ ਕੁਝ ਜਿਹੜੀਆਂ ਕਾਸਟਸ ਨੇ ਉਹਨਾਂ ਨੂੰ ਬਿਲਕੁਲ ਨੀਵੇਂ ਲੈਵਲ ਦੇ ਮੰਨਿਆ ਜਾਂਦਾ ਰਿਹਾ ਤੇ ਅੱਜ ਵੀ ਜਿਹੜਾ ਇਹ ਸਿਸਟਮ ਹੈ ਇਹ ਚੇਂਜ ਨਹੀਂ ਹੋਇਆ ਹੁਣ ਜਦੋਂ ਜਮਾਤ ਦੇ ਵਿੱਚ ਵੱਖ-ਵੱਖ ਜਾਤੀਆਂ ਦੇ ਨਾਲ ਸੰਬੰਧਿਤ ਜਿਹੜੇ ਬੱਚੇ ਨੇ ਇਕੱਠੇ ਬੈਠ ਕੇ ਪੜਦੇ ਨੇ ਤਾਂ ਕੁਝ ਜਿਹੜੀਆਂ ਪ੍ਰੋਬਲਮਸ ਨੇ ਉਹ ਆਉਣੀਆਂ ਸੰਭਾਵਿਤ ਨੇ ਸੰਭਾਵਨਾ ਹੁੰਦੀ ਆਉਣ ਦੀ ਜਿਵੇਂ ਕਿ ਕੋਈ ਬੱਚਾ ਐਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਕੋਈ BC ਨੂੰ ਕੋਈ ਜਨਰਲ ਕੈਟਾਗਰੀ ਨੂੰ ਕੋਈ ਬੱਚੇ OBC ਹੁੰਦੇ ਆ ਤੇ ਇਹਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਲੱਗੇਗਾ ਕਿ ਜਦੋਂ ਬੱਚੇ ਨੂੰ ਬੱਚੇ ਦੀ ਕਾਸਟ ਪੁੱਛੀ ਜਾਂਦੀ ਹੈ ਤਾਂ ਦੂਜੇ ਬੱਚੇ ਨੂੰ ਲੱਗਦਾ ਕਿ ਇਹ ਬੱਚਾ ਲੋਅਰ ਕਾਸਟ ਨੂੰ ਬਿਲੋਂਗ ਕਰਦਾ ਤੇ ਉੱਪਰ ਕਲਾਸ ਨੂੰ ਬੱਚਿਆਂ ਦੇ ਖੁਦ ਦੇ ਵਿੱਚ ਜਿਹੜੇ ਆਪਸ ਦੇ ਵਿੱਚ ਅੰਡਰਸਟੈਂਡਿੰਗ ਬੈਠਣੀ ਹੁੰਦੀ ਹੈ ਕਈ ਵਾਰ ਫਿਰ ਉਹ ਵੀ ਨਹੀਂ ਬੈਠਦੀ ਨੈਕਸਟ ਹੈ ਜੈਂਡਰ ਇੰਡੀਆ ਵਿੱਚ ਜੇਕਰ ਅਸੀਂ ਦੇਖੀਏ ਵੀ ਲੜਕੇ ਤੇ ਲੜਕੀਆਂ ਦੇ ਵਿੱਚ ਵੀ ਜਿਹੜਾ ਪੱਖਪਾਤ ਆ ਕੀਤਾ ਜਾ ਰਿਹਾ ਹੈ ਸੇਮ ਕਈ ਵਾਰ ਸਕੂਲ ਦੇ ਵਿੱਚ ਵੀ ਹੁੰਦਾ ਹੈ ਕਿਉਂਕਿ ਇਹ ਟੀਚਰ ਵੀ ਇਸ ਤਰੀਕੇ ਨਾਲ ਕੰਮ ਦਿੰਦੇ ਨੇ ਕਿ ਇਹ ਗਰਲਸ ਨਹੀਂ ਕਰ ਸਕਦੇ ਇਹਨੂੰ ਬॉयਜ਼ ਕਰ ਸਕਦੇ ਨੇ ਇਸ ਕਰਕੇ ਇਹ ਵੀ ਕਲਾਸਰੂਮ ਦੇ ਵਿੱਚ ਇੱਕ ਜਿਹੜੀ ਡਾਈਵਰਸ ਕਲਾਸਰੂਮ ਦੇ ਵਿੱਚ ਇੱਕ ਪ੍ਰੋਬਲਮ ਹੈ ਨੈਕਸਟ ਹੈ ਸੋਸ਼ੀਓ ਇਕਨੋਮਿਕ ਮੀਨਸ ਸਮਾਜਿਕ ਆਰਥਿਕ ਹੁਣ ਵੱਖ-ਵੱਖ ਤਰ੍ਹਾਂ ਦੇ ਸੁਸਾਇਟੀਆਂ ਨੇ ਉਸ ਅਕੋਰਡਿੰਗ ਉਹਨਾਂ ਦਾ ਇਕਨੋਮਿਕ ਲੈਵਲ ਹੈ ਹੁਣ ਜੇਕਰ ਅਸੀਂ ਛੋਟੇ ਸ਼ਹਿਰਾਂ ਦੀ ਗੱਲ ਕਰੀਏ ਜਾਂ ਅਸੀਂ ਵੱਡੇ ਸ਼ਹਿਰਾਂ ਨੂੰ ਲਈਏ ਤਾਂ ਉਹਦੇ ਅਕੋਰਡਿੰਗ ਇਕਨੋਮਿਕ ਲੈਵਲ ਹੈ ਲੋਕਾਂ ਦਾ ਜਿੰਦੇ ਵੱਡੇ ਸ਼ਹਿਰਾਂ ਵਿੱਚ ਰਹਿ ਰਹੇ ਨੇ ਉਹ ਵਧੀਆ ਉੱਚੀਆਂ ਪੋਸਟਾਂ ਤੇ ਕੰਮ ਕਰ ਰਹੇ ਨੇ ਇਸ ਕਰਕੇ ਉਹਨਾਂ ਦਾ ਜਿਹੜਾ ਇਕਨੋਮਿਕ ਲੈਵਲ ਆ ਉਹ ਹਾਈ ਹੈ ਤੇ ਜਿਹੜੇ ਅਸੀਂ ਰੂਰਲ ਏਰੀਆਜ਼ ਦੇ ਵਿੱਚ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਇਕਨੋਮਿਕ ਸਟੇਟਸ ਆ ਉਹ ਅਲੱਗ ਤਰ੍ਹਾਂ ਦਾ ਹੋਵੇਗਾ ਹੁਣ ਸੋਸ਼ੀਅਲ ਮੀਨਿੰਸ ਸਮਾਜਿਕ ਸਮਾਜ ਦੇ ਵਿੱਚ ਜਿਹਦੋਂ ਲੋਕ ਰਹਿੰਦੇ ਨੇ ਉਹਨਾਂ ਨੂੰ ਦੇਖਿਆ ਤੇ ਕਿ ਇਹਦਾ ਸਟੇਟਸ ਇਹ ਹੈ ਜਿਵੇਂ ਕਿ ਅਸੀਂ ਕੈਟਾਗਰੀ ਦੇ ਅਕੋਰਡਿੰਗ ਦੇਖਦੇ ਹਾਂ ਤੇ ਜਿਹੜੇ ਐਸੀ ਕੈਟਾਗਰੀਜ਼ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਨੀਵੇਂ ਸਮਝਿਆ ਜਾਂਦਾ ਬਟ ਸਾਰੇ ਇਕੁਅਲ ਨੇ ਇੱਥੇ ਸਿਰਫ ਸਮਝਾਉਣ ਦੀ ਜ਼ਰੂਰਤ ਪੈਂਦੀ ਹੈ ਬੱਚਿਆਂ ਨੂੰ ਕਿ ਤੁਸੀਂ ਸਾਰੇ ਆਪਸ ਦੇ ਵਿੱਚ ਬਰਾਬਰ ਹੋ ਇਸ ਕਰਕੇ ਜਿਹੜੀ ਸੋਸ਼ੀਓ ਇਕਨੋਮਿਕ ਵੀਕ ਡਾਈਵਰਸ ਕਲਾਸਰੂਮ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਟੀਚਰ ਇਹਦਾ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਦੂਰ ਕਰਨਾ ਹੁੰਦਾ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਥੈਂਕਸ ਫॉर ਵਾਚਿੰਗ